ਇੱਕ ਗੱਲ ਦਾ ਸਾਰੇ ਭਰਾਵਾਂ ਨੂੰ ਮਿਲ ਕੇ ਜ਼ਰਾ ਜਵਾਬ ਦੇਣਾ। ਇਹ ਜਿਹੜਾ ਤੁਹਾਨੂੰ ਮੈਂ ਮਾਰਨ ਦਾ ਤਰੀਕਾ ਦੱਸਿਆ ਤੁਹਾਡੇ ਕੰਨਾਂ ਨੇ ਸੁਣਿਆ, ਬੋਲੋ ਯਾਰ ਮੈਂ ਗਲਤ ਦੱਸਿਆ? ਨਹੀਂ, ਸਹੀ ਦੱਸਿਆ ਨਾ। ਮਗਰ ਇਹ ਇੱਕ ਨੂੰ ਲੜੇ ਨਾ ਤੇ ਇੱਕ ਦੀ ਮੌਤ ਕਰ ਦੇ, ਕਿਉਂਕਿ ਇਹਦੇ 'ਚ ਇੱਕ ਜ਼ਹਿਰ, ਇਹਦੇ ਨੂੰ ਵੱਧ ਸਾਡੀ ਅੰਗਰੇਜ਼ ਕੌਮ ਦਾ ਦੁਸ਼ਮਣ ਹੈ। ਜਿਵੇਂ ਸਾਡੀ ਕੌਮ ਦਾ ਦੁਸ਼ਮਣ ਹੈ ਨਾ, ਮੈਨੂੰ ਰੱਬਲ ਇੱਜ਼ਤ ਦੀ ਕਸਮ, ਇਹਦੇ ਨੂੰ ਵੱਧ ਅੰਗਰੇਜ਼ ਸਾਡੀ ਕੌਮ ਦਾ ਦੁਸ਼ਮਣ। ਇਹਦੇ 'ਚ ਇੱਕ ਜ਼ਹਿਰ ਹੈ, ਇੱਕ ਨੂੰ ਲੜਦਾ, ਇੱਕ ਦੀ ਮੌਤ ਕਰਦਾ, ਉਹਨੇ ਸਾਨੂੰ ਮਾਰਨ ਵਾਸਤੇ 4 ਪੈਰ ਭੇਜੇ। ਅਗਰ ਮੈਂ ਗਲਤ ਕਹਾਂ ਤੇ ਮੈਂ ਜ਼ਬਾਨ ਕਟਾ ਦਿਆਂਗਾ, ਮਰਦਾ 'ਚ ਬਾਦ ਹੈ। ਤੇ ਜਿਹੜਾ ਬੰਦਾ ਅੱਛੀ ਗੱਲ ਸੁਣ ਕੇ ਉਹਦੀ ਮਹਿਫਲ 'ਚ ਦਾਤ ਨਾ ਦੇਵੇ, ਉਹਦੇ ਖਲੋਣ ਦਾ ਵੀ ਫਾਇਦਾ ਕੋਈ ਨਹੀਂ ਹੈ। ਇਹ ਸਾਰੇ ਬੰਦੇ ਸ਼ੁਕਰ ਕੀਤਾ ਕਿ ਲਓ ਇਹ ਗੌਰ ਕਰਨਾ ਸਾਰੇ ਬੰਦੇ ਮੇਰੇ ਆ, ਤੇ 4 ਜ਼ਹਿਰ ਉਹਨੇ ਕਿਹੜੇ ਭੇਜੇ ਨੇ ਇਹ ਵੇਖਣਾ ਸਾਰੇ। ਹਾਜੀ ਸਾਹਿਬ ਬੈਠੇ ਤੁਹਾਡੇ ਇੰਤਜ਼ਾਰ। ਸਾਰੇ ਭਰਾ ਦੂਸਰਾ ਨਾਗ ਵੇਖਣਾ, ਮਗਰ ਇੱਕ ਗੱਲ ਜ਼ਿਹਨ ਚ ਰੱਖਣਾ, ਅੰਗਰੇਜ਼ ਨੇ ਵੇਖਿਆ ਕਿ ਮੁਸਲਮਾਨ ਨੇ ਬੜੀ ਦਲੇਰ ਕੌਮ ਹੈ, ਇਹ ਦੁੱਧ ਦਹੀਂ ਮੱਖਣ ਦਾ ਨਾਸ਼ਤਾ ਕਰਦੇ ਨੇ, ਦੇਸੀ ਘਿਓ ਖਾ ਕੇ ਇਹ 40 ਮੀਲ ਪੈਦਲ ਤੁਰਦੇ ਥੱਕਦੇ ਨਹੀਂ। ਉਹਨੇ ਫਿਰ ਸਾਡੀ ਗਜ਼ਾ ਨੂੰ ਖਤਮ ਕਰਕੇ ਨਾ 4 ਜ਼ਹਿਰ ਉਹਨੇ ਕਿਹੜੇ ਭੇਜੇ ਨੇ, ਉਹਨੇ ਦੇਸੀ ਘਿਓ ਖਾਣ ਨੂੰ ਡਾਲਟਾ ਖੁਆਇਆ, ਜਵਾਨਾਂ ਦੀਆਂ ਜੇਬਾਂ 'ਚ ਸਿਗੜ ਦਾਲ ਕੀਤਾ, ਸਾਡੀ ਇਸ ਪਾਕ ਧਰਤੀ 'ਚ ਉਹਨੇ ਖਾਦ ਸਟਾਈ ਹੈ, ਅੱਜ ਉਹਨੇ ਲੱਸੀ ਦਾ ਨਾਸ਼ਤਾ ਕਰਨ ਨੂੰ ਚਾਹ ਦੇ ਨਾਸ਼ਤੇ 'ਚ ਲਾਇਆ। ਬੋਲੋ ਜੀ ਮੈਂ ਗਲਤ ਆਖੀ ਹੈ? ਤੇ ਜਦੋਂ ਦੇ 4 ਜ਼ਹਿਰ ਪਾਕਿਸਤਾਨੀਆਂ ਨੂੰ ਮਿਲੇ ਨੇ, ਮੈਨੂੰ ਰੱਬਲ ਇੱਜ਼ਤ ਦੀ ਕਸਮੇ ਬੰਦੇ ਬੈਡ ਪ੍ਰੈਸ਼ਰ ਦੇ, ਸ਼ੂਗਰ ਦੇ ਮਰੀਜ਼ ਹੋ ਗਏ ਨੇ, ਗਰਮੀ ਦੇ ਮਰੀਜ਼ ਹੋ ਗਏ ਨੇ। ਤੇ ਜਿਹੜੇ ਬੰਦੇ ਨੂੰ ਗਰਮੀ ਹੋ ਜਾਂਦੀ ਨਾ ਗਰਮੀ, ਉਸ ਬੰਦੇ ਦੀਆਂ 3 ਨਿਸ਼ਾਨੀਆਂ ਨੇ। ਉਸ ਬੰਦੇ ਦੀ ਪਹਿਲੀ ਨਿਸ਼ਾਨੀ ਇਹ ਹੈ, ਉਹ ਬੰਦਾ ਇਸ ਤਰ੍ਹਾਂ 10 ਮਿੰਟ ਪੈਰਾਂ ਭਾਰ ਪਵੇਗਾ ਨਾ, ਤੇ ਉਹਦੇ ਪੈਰਾਂ ਦੀਆਂ ਤਲੀਆਂ 'ਚੋਂ ਸੇਕ ਨਿਕਲੇ, ਉਹਦਾ ਆਹ ਪੱਟ ਪਿੰਨੀਆਂ ਫੁੱਲਣ ਗਈਆਂ। ਤੇ ਜੇ ਪਿਸ਼ਾਬ ਕਰੇਗਾ ਤੇ ਗਰਮੀ ਦੀ ਵਜ੍ਹਾ ਤੋਂ ਲੱਗ ਕੇ ਸੜ ਕੇ ਪੀਲੇ ਕਲਰ 'ਚ ਆਏਗਾ। ਇਹ ਹੁਣ ਸਾਰੇ ਬੰਦੇ ਸ਼ੁਕਰ ਵੇਖਣਾ। ਤੇ ਦੂਸਰੀ ਉਸ ਬੰਦੇ ਦੀ ਨਿਸ਼ਾਨੀ ਇਹ ਹੈ ਕਿ ਐਸੇ ਬੰਦੇ ਨੂੰ ਘਰ ਦੀ ਅੱਛੀ ਤੋਂ ਅੱਛੀ ਗਦਾ ਦੇਣਗੇ, ਮਗਰ ਐਸੇ ਬੰਦੇ ਦੀਆਂ ਹੱਡੀਆਂ ਤੇ ਗੋਸ਼ਤ ਨਹੀਂ ਆਏਗਾ। ਸਾਰੇ ਬੰਦੇ ਇਹ ਦੂਸਰਾ ਨਾਗ ਵੇਖਣਾ ਜਿਹੜਾ ਮੈਂ ਤਾਰਫ ਕਰਾਉਣ ਲੱਗਾ, ਇਹਨੂੰ ਤੀਸਰੇ ਨਾਗ ਜਿਹੜਾ ਮੈਂ ਵਹਾਉਣ ਲੱਗਾ, ਇਹ ਬੰਦਾ ਬਣਦਾ। ਇਹਦਾ ਮੈਂ ਦੱਸਿਆ 3.5 ਕਿਲੋ ਵਜ਼ਨ ਨੇ, 3.5 ਕਿਲੋ। ਇਹ ਲਾਲਾ ਜੀ ਜਰਾ ਫੜ ਕੇ ਵੇਖਣਾ ਵਾਕਈ ਇਹਦਾ ਵਜ਼ਨ ਹੈ, ਇੰਨਾ ਕੁ ਹੈ। ਇਹ ਹੁਣ ਸਾਰੇ ਬੰਦੇ ਜਰਾ ਇਹਨੂੰ ਵੇਖਣਾ, ਇਹਦੀ ਬੈਕ ਸਾਈਡ 'ਤੇ ਵੇਖਣਾ, ਇਹ ਬੰਦੇ ਦੇ ਨੱਕ ਮੂੰਹ ਪੂਰੇ ਚਿਹਰੇ ਦੀ ਤਸਵੀਰ ਇਹਦੀ ਬੈਕ ਸਾਈਡ 'ਤੇ ਨਜ਼ਰ ਆਏਗੀ। ਬੋਲੋ ਜੀ ਠੀਕ ਹੈ? ਇਹ ਹੁਣ ਸਾਰੇ ਬੰਦੇ ਜਰਾ ਵੇਖਣਾ, ਇੱਕ ਗੱਲ ਮੇਰੀ ਜ਼ਿਹਨ 'ਚ ਰੱਖਣਾ। ਠਹਿਰ ਜਾ, ਇੱਕ ਮਿੰਟ ਠਹਿਰ ਜਾ। ਲਓ ਇਹ ਆਹ ਸਾਰੇ ਬੰਦੇ ਜਰਾ ਵੇਖਣਾ, ਇਹ ਜਿਹੜੇ ਬੰਦੇ ਨੂੰ ਗਰਮੀ ਹੋ ਜਾਂਦੀ ਹੈ, ਉਹਦੀਆਂ ਨਬਜ਼ਾਂ ਨਹੀਂ ਫੜੀ ਦੀਆਂ, ਉਸ ਬੰਦੇ ਦੀ ਆ ਪਛਾਣ ਹੈ। ਆਹ ਵੇਖਣਾ ਸਾਰੇ ਭਰਾ ਮਿਲ ਕੇ ਦੱਸੋ, ਬੋਲੋ ਕੀ ਸ਼ੈ? ਬੋਲੋ ਯਾਰ ਪਾਣੀ, ਪਾਣੀ ਹੈ ਨਾ। ਆਹ ਵੇਖਣਾ, ਇਹ ਮੈਂ ਪੀ ਕੇ ਦੱਸਿਆ ਕਿ ਪਾਣੀ। ਬੋਲੋ ਜੀ ਠੀਕ ਹੈ? ਇਹ ਜਾਦੂ ਸ਼ਾਦੂ ਨਹੀਂ ਜਿਹੜਾ ਮੈਂ ਕਰਨ ਲੱਗਾ, ਇਹ ਵੇਖਣਾ ਇਹ ਜਾਦੂ ਨਹੀਂ, ਰੱਬ ਦੀ ਇੱਜ਼ਤ ਦੀ ਕਸਮੇ। ਆਹ ਗੌਰ ਕਰੀ ਮੇਰੇ ਆ, ਜਿਹੜੇ ਬੰਦੇ ਨੂੰ ਗਰਮੀ ਹੋ ਜਾਂਦੀ ਉਹਦੀਆਂ ਨਬਜ਼ਾਂ ਨਹੀਂ ਫੜੀ ਦੀਆਂ। ਕਈ ਬੰਦੇ ਹਕੀਮ ਉਹਨੂੰ ਸਮਝਦੇ ਨੇ ਜਿਹੜਾ ਨਬਜ਼ ਵੇਖੇ, ਨਹੀਂ ਨਬਜ਼ ਤੂੰ ਪਤਾ ਹੀ ਨਹੀਂ ਲੱਗਦਾ ਕਿ ਮਰਜ਼ ਕੀ। ਆਹ ਵੇਖੀ ਮੇਰੇ ਆ, ਆਹ ਤਵੱਜੋ ਕਰੀ ਮੇਰੇ ਆ, ਜਿਹੜੇ ਬੰਦੇ ਨੂੰ ਗਰਮੀ ਹੋ ਜਾਂਦੀ ਹੈ
ਉਸ ਬੰਦੇ ਦੀ ਇਹ ਨਿਸ਼ਾਨੀ ਹੈ। ਇਹ ਸਾਰੇ ਬੰਦੇ ਜਰਾ ਵੇਖਣਾ ਮੇਰੀ ਹੱਥ, ਇਹ ਗੌਰ ਕਰਨਾ ਜਰਾ ਸਾਰੇ ਭਰਾ ਅੱਲਾ ਵਾਸਤੇ ਮੈਨੂੰ ਸਾਰੇ ਬੰਦੇ ਮਿਲ ਕੇ ਦੱਸਣਾ ਜਿਹੜੇ ਬੰਦੇ ਦੇ ਪਿਸ਼ਾਬ ਦਾ ਰੰਗ ਔਰ ਚਿਹਰੇ ਦਾ ਰੰਗ ਇਸ ਪਾਣੀ ਤਰ੍ਹਾਂ ਖੱਟਾ ਹੋ ਗਏ। ਸਾਰੇ ਬੰਦੇ ਮਿਲ ਕੇ ਦੱਸੋ ਬੰਦਾ ਤੰਦਰੁਸਤ ਹੈ ਜਾਂ ਬਿਮਾਰ ਹੈ। ਬਿਮਾਰ ਹੈ ਸਾਰੇ, ਉਹ ਬੰਦਾ ਗਰਮੀ ਦਾ ਮਰੀਜ਼ ਹੈ। ਤੇ ਫਿਰ ਐਸੇ ਬੰਦੇ ਨੂੰ ਇਹ ਵੇਖਣਾ ਮੇਰੀ ਹੱਲ, ਇਹ ਗੌਰ ਕਰੀ। ਮੈਂ ਇੱਕ ਸੰਨਿਆਸੀ ਸੱਯਦ ਦਾ ਸ਼ਿਗਰਦ ਹਾਂ, ਫਕੀਰ ਦਾ ਬਾਲ ਆ, 95 ਸਾਲ ਦੀ ਬਜ਼ੁਰਗਾਂ ਦੀ ਜ਼ਿੰਦਗੀ ਹੈ ਤੇ ਬਚਾਰੇ ਵਿੱਚੋਂ ਜਿਹੜਾ ਲੇਸ ਤਰ ਗੁੱਦਾ ਨਿਕਲੇ ਇਹਨੂੰ ਕਿਸੇ ਪਾਕ ਬਰਤਨ 'ਚ ਪਾਏ। ਬੋਲੋ ਜੀ ਕਿਹੜੀ ਚੀਜ਼ ਦੱਸੀ ਹੈ? ਕੁਆਰ ਗੰਦਲ ਔਰ 5 ਤੋਲੇ ਦੇ 'ਚ ਕਲਵੰਜੀ ਬੂਟੀ ਪਾ ਲਓ। ਕਲਵੰਜੀ ਕਲਵੰਜੀ ਬੂਟੀ ਦਾ ਖਾਣਾ ਜੁਨਾਬੇ ਪਾਕ ਮੁਹੰਮਦ ਮੁਸਤਫਾ ਸੱਲੇ ਲਾਓ।